ਭਾਈ ਤੁਹਾਡਾ ਕੀ ਰਿਸ਼ਤਾ ਹੈ ਜ਼ਾਹਿਦ ਦੇ ਨਾਲ ਔਰ ਉਹਨਾਂ ਦੀ ਜਿਹੜੀ ਮਿਸਿਸ ਜਿਹਨੂੰ ਕਤਲ ਕੀਤਾ ਉਹਨੇ? ਭਾਈ ਇਹ ਛੋਟਾ ਤਾਏ ਦਾ ਬੇਟਾ ਭਰਾ ਹੈ। ਅੱਛਾ, ਤਾਏ ਦਾ ਬੇਟਾ ਹੈ ਤੁਹਾਡਾ, ਸਹੀ। ਕੀ ਹੈ, ਸਭ ਕੁਛ ਹੋ ਗਿਆ, ਕਿਸ ਵਜ੍ਹਾ ਤੋਂ ਹੋਇਆ ਹੋਏਗਾ, ਕੀ ਸਮਝਦੇ ਹੋ? ਸਮਝਦੇ ਇਹ ਹੀ ਹੈ ਬਈ ਉਹ ਨਸ਼ੇ ਦਾ ਹੀ ਆਦੀ ਹੋ ਗਿਆ ਸੀ, ਉਹਨੂੰ ਕੋਈ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਨਾ ਅਤੇ ਕੀ ਨਹੀਂ ਕਰਨਾ। ਅਤੇ ਅਸੀਂ ਬੜਾ ਸਮਝਾਉਂਦੇ ਰਹੇ ਹਾਂ, ਜਾਂਦਾ ਸੀ ਗੱਡੀ 'ਤੇ ਆ ਜਾਂਦਾ ਸੀ, ਅਤੇ ਅਸੀਂ ਉਹਨੂੰ ਆਖਿਆ ਤੂੰ ਆਇਆ ਹੀ ਨਾ ਕਰ ਘਰ ਬਾਹਰ, ਕੰਮ ਉੱਥੇ ਗੱਡੀ 'ਤੇ ਹੀ ਕਰਿਆ ਕਰ, ਸਾਡੇ ਵੱਲੋਂ ਜੋ ਮਰਜ਼ੀ ਕਰ, ਇਹਨਾਂ ਨੂੰ ਆਪਣੀ ਜ਼ਿੰਦਗੀ ਜੀਣ ਦੇ, ਅਤੇ ਆਣ ਕੇ ਅਤੇ ਤੂੰ ਛਿਦਾ ਘੋਲਦਾ ਰਹਿੰਦਾ। ਸਹੀ। ਅਤੇ ਮੈਂ ਕਿਹਾ ਇਹ ਸਾਨੂੰ ਪਤਾ ਸੀ ਜਿਵੇਂ ਇਹਨਾਂ ਦਾ ਵਕਤ ਪਾਸ ਕਰਨ ਡਏ ਹਾਂ ਸਾਰੇ ਕੋਲ ਬਹਿ ਕੇ, ਅਤੇ ਤੂੰ ਨਾ ਕੋਈ ਦੇਣਾ ਅਤੇ ਨਾ ਆਉਂਦਾ, ਅਤੇ ਦੂਜੇ ਦਿਨ ਆ ਜਾਂਦਾ ਮੈਂ ਗੱਡੀ ਛੱਡ ਕੇ, ਦੂਜੇ ਦਿਨ ਆ ਜਾਂਦਾ ਗੱਡੀ ਛੱਡ ਕੇ, ਅਤੇ ਆਪਣਾ ਇਹਨਾਂ ਨੂੰ ਮਾਰਦਾ ਕੁੱਟਦਾ ਰਹਿੰਦਾ ਵੇ। ਅਤੇ ਇਸ ਤਰ੍ਹਾਂ ਤਰਲੇ ਮਿਹਨਤ ਕਰਕੇ ਅਤੇ ਸਾਨੂੰ ਤਾਂ 2 ਸਾਲ ਹੋ ਗਏ ਇਹਨੂੰ ਸਮਝਾਉਂਦਿਆਂ। ਅੱਛਾ, 2 ਸਾਲ ਤੋਂ ਮੁਸਲਸਲ ਹੈ ਜੀ ਲੜਾਈ ਝਗੜਾ? ਹਾਂ ਬਿਲਕੁਲ, ਹੁੰਦਾ ਰਹਿੰਦਾ ਸੀ, ਮਾਰ ਕੁਟਾਈ ਵਗੈਰਾ। ਹਾਂ, ਅਤੇ ਉਹ ਹੁਣ ਈਦ ਵਾਲੇ ਦਿਨ ਆਇਆ ਸੀ ਗੱਡੀ ਲੈ ਕੇ, ਅਤੇ ਉਹ ਉਹ ਜਿਹੜੇ ਮਾਲਕ ਨੇ ਉਹਨਾਂ ਆਖਿਆ ਸੀ ਕੋਈ 28-30 ਹਜ਼ਾਰ ਰੁਪਈਆ ਇਹਨੂੰ ਦਿੱਤਾ ਈਦ ਵਾਸਤੇ। ਸਹੀ। ਅਤੇ ਘਰ ਉਹਨੇ ਇੱਕ ਚਵਾਨੀ ਵੀ ਨਹੀਂ ਦਿੱਤੀ। ਸਹੀ। ਅਤੇ ਉਹ ਪੈਸੇ ਪਤਾ ਨਹੀਂ ਕਿੱਥੇ ਕਿੱਥੇ ਉਹਨੇ ਖਪਤ ਕੀਤੇ ਨੇ ਅਤੇ ਕੀ ਨਹੀਂ ਕੀਤਾ, ਅੱਲਾ ਹੀ ਬਿਹਤਰ ਜਾਣਦਾ। ਨਸ਼ਾ ਜੋ ਕਰਦਾ ਸੀ। ਹਾਂਜੀ, ਫਿਰ ਇਹ ਮੈਂ ਇੱਥੇ ਆਇਆ ਵਾਂ ਈਦ ਦੂਜੇ ਦਿਨ, ਅਤੇ ਮੈਂ ਉਹਨੂੰ ਕਿਹਾ ਵੇ ਭਈ ਹੁਣ ਗੱਡੀ ਬੂਹੇ ਅੱਗੇ ਖਿਲਾਰ ਛੱਡੀ ਆ ਅਤੇ ਜਾਂਦਾ ਨਹੀਂ ਇਹਨੂੰ ਲੈ ਕੇ, ਅਤੇ ਮਾਲਕ ਵੀ ਫੋਨ ਕਰਦਾ ਸੀ ਇਹ ਸਵੇਰੇ ਜਾਣਾ ਲੈ ਕੇ, ਗੱਡੀ ਫੇਰਾ ਲੱਭਾ ਉੱਧਰ ਦਾ ਉੱਧਰ ਦਾ, ਮੈਂ ਕਿਹਾ ਚਲੋ। ਤੋ ਫਿਰ ਤੁਰ ਗਿਆ ਗੱਡੀ ਲੈ ਕੇ, ਅਤੇ ਅਸੀਂ ਆਪਣੇ ਧਿਆਨ ਨਾਲ ਕੰਮ ਸਾਰੇ ਕਰਨ ਡੈ ਪਏ ਹਾਂ ਵੀ ਆਪਣਾ ਚਲੋ ਗੱਡੀ ਲੈ ਕੇ ਚਲਾ ਗਿਆ। ਅਤੇ ਉਹ ਸੁਬਹਾ ਸੁਬਹਾ ਉਹ ਜਿਹੜੀ ਬੱਚੀ ਹੋਸਪਿਟਲ ਹੈ ਨਾ, ਉਹ ਮੈਂ ਉੱਧਰ ਡੰਗਰ ਛੱਡੇ ਨੇ ਅਤੇ ਮੈਂ ਉਹ ਰਸਤੇ 'ਚ ਜਾਣ ਡਈ ਹੈ ਦੁੱਧ ਲੈਣ, ਪੈਸੇ ਉਹਨੇ ਹੱਥ 'ਚ ਫੜੇ ਨੇ, ਅਤੇ ਮੈਂ ਉਹਨੂੰ ਪੁੱਛਣ ਡਿਆ ਵਾਂ ਹੁਣ ਸਵੇਰੇ ਸਵੇਰੇ ਪੈਸੇ ਲੈ ਕੇ ਕਿੱਥੇ ਤੁਰ ਚੱਲੀਏ, ਇਹ ਮੈਂ ਤਾਇਆ ਜੀ ਦੁੱਧ ਲੈਣ ਚੱਲੀ ਹਾਂ। ਮੈਂ ਕਿਹਾ ਅੱਛਾ ਦੁੱਧ ਲੈਣ ਚੱਲੀ ਹਾਂ। ਆਹ ਅਤੇ ਉਹ ਦੁੱਧ ਲੈ ਕੇ ਆਈਏ, ਇਹਨਾਂ ਚਾਹ ਬਣਾ ਕੇ, ਮੈਂ ਕਿਹਾ ਤੇਰਾ ਪਾਪਾ ਘਰ ਏ? ਉਹਨੇ ਆਖਿਆ ਆਹੋ। ਅਤੇ ਮੈਂ ਕਿਹਾ ਉਹ ਤਾਂ ਗੱਡੀ ਲੈ ਕੇ ਗਿਆ ਸੀ, ਇਹ ਆ ਗਿਆ। ਮੈਂ ਕਿਹਾ ਠੀਕ ਹੈ। ਅਤੇ ਉਹ ਫਿਰ ਉਹੀ ਦੁੱਧ ਜਿਹੜਾ ਲਿਆਂਦਾ ਉਹਦੀ ਇਹਨਾਂ ਚਾਹ ਪੀਤੀ ਏ, ਉਹਨੇ ਚਾਹ ਬਣਾਈ ਏ ਅਤੇ ਉਹ ਆਪ ਪੀ ਕੇ ਨਾ, ਅਤੇ ਅੱਧੀ ਉਹ ਇੱਥੇ ਦੇਣ ਆਈ ਉਹਨੂੰ ਚਾਹ। ਅੱਛਾ। ਇੱਥੇ ਹੀ ਉਹਨੇ ਕਾਬੂ ਕਰ ਲਿਆ ਉਹਨੂੰ, ਉਹ ਬੱਚੀ ਨੂੰ? ਨਹੀਂ ਨਹੀਂ, ਮਾਂ ਨੂੰ। ਅੱਛਾ, ਉਹਨੇ ਕਾਬੂ ਕਰ ਲਿਆ ਤੇ ਉਹ ਬੱਚੀ ਬਾਹਰ ਸੀ ਤੇ ਉਹ ਇੱਥੇ, ਉਹ ਇਕੱਲਾ ਸੀ ਮਤਲਬ ਕਮਰੇ, ਉਹ ਇਕੱਲਾ ਸੀ ਇਸ ਕਮਰੇ ਦੇ ਵਿੱਚ, ਤੇ ਉਹ ਵੀ ਇੱਥੇ ਨਾ ਥੱਲੇ ਉਹ ਗੱਦਾ ਜਿਹਾ ਵਿਛਿਆ ਸੀ ਥੱਲੇ ਹੀ, ਤੇ ਉਹਦੇ ਤੇ ਬਹਿ ਕੇ ਤੇ ਚਾਹ ਪੀਤੀ ਏ ਇਹਨੇ, ਤੇ ਉਹ ਵੀ ਕੋਲ ਬਹਿ ਗਈ ਏ, ਤੇ ਬੱਚੀਆਂ ਹਨ ਉਸ ਅੰਦਰ, ਤੇ ਉਹਨਾਂ ਆਪਣਾ ਬੈਠੀਆਂ ਨੇ, ਤੇ ਉਹਨਾਂ ਨੂੰ ਆਉਂਦਾ ਤੁਸੀਂ ਆਪਣਾ ਅੱਜ ਸੁਬਹਾ ਸੁਬਹਾ ਹੀ ਉੱਠ ਪਈ ਆਓ, ਤੇ ਉਹ ਆਪਣੀ ਮਰਜ਼ੀ ਦੇ ਨਾਲ ਅੰਦਰ ਹੀ ਲੰਮੇ ਪੈ ਰਹੀ। ਕਿੰਨੇ ਵਜੇ ਦਾ ਵਕਤ ਸੀ ਇਹ? ਸੁਬਹਾ ਦਾ ਕੋਈ ਤਕਰੀਬਨ 9 ਵਜੇ ਦਾ ਵਕਤ ਸੀ, 8 ਵਜੇ ਦਾ, ਹੈਂ? 11:30 ਨਹੀਂ, ਪਹਿਲਾਂ ਸੁਬਹਾ ਦਾ ਵਕਤ, ਵਾਧੂ 11:30 ਹੋਏ ਹਨ। ਠੀਕ ਹੈ। ਅਤੇ ਉਹ ਆਪਣਾ ਇਹ ਕੰਮ ਹੈ, ਅਤੇ ਉਹ ਫਿਰ ਨਾ ਇੱਕ ਛੋਟੀ ਬੱਚੀ ਨੇ ਆਈ ਹੈ ਬਾਹਰ, ਅਤੇ ਉਹਨੇ ਵੇਖਿਆ ਵੇ ਭਈ ਇਹ ਪਾਪਾ ਅਤੇ ਅੰਮੀ ਮੇਰੀ ਲੜਨ ਡਏ ਨੇ, ਅਤੇ ਉਹ ਨਾ ਇਹਨੇ ਤੇਲ ਸੁੱਟਿਆ ਸੀ ਉਹਦੇ ਉੱਤੇ, ਅਤੇ ਉਹਨੇ 1-2 ਆਵਾਜ਼ ਮਾਰੀ ਹੈ, ਅਤੇ ਉਹਦੀਆਂ ਨਾ ਅੱਖਾਂ 'ਚ ਪੈ ਗਿਆ ਪੈਟਰੋਲ ਜਿਹੜਾ ਇਹਨੇ ਉੱਤੇ ਸੁੱਟਿਆ ਸੀ। ਉਹਨੂੰ ਨਹੀਂ ਫਿਰ ਪਤਾ ਲੱਗਾ, ਅਤੇ ਉਹ ਅੱਖਾਂ ਖੁੱਲਦੀਆਂ ਅਤੇ ਕਿਸੇ ਪਾਸੇ ਨੱਸਦੀ ਰੁੱਸਦੀ ਨਾ, ਅਤੇ ਉਹ ਜੋਗੀ ਰਹੀ ਜਾਂ ਕਿਸੇ ਨੂੰ ਆਵਾਜ਼ ਮਾਰਨ ਜੋਗੀ ਰਹੀ, ਉਹ ਬੱਚੀ ਫਿਰ ਨਿਕਲੀ ਹੈ, ਅਤੇ ਉਚਰਾਂ ਨੂੰ ਉਹਨੇ ਆਣ ਕੇ ਮਾਚਸ ਫੜੀ ਹੈ,
ਇਹਦੇ ਕੋਲ ਖੋਈ ਏ, ਬਰੂਆਂ ਦੇ ਵਿੱਚ ਉਹ ਖਲੋਤਾ ਸੀ, ਅੱਧਾ ਬੂਹਾ ਟੁੱਪਿਆ ਸੀ ਤੇ ਅੱਧਾ ਇੱਕ ਟੁੱਪਿਆ ਸੀ ਤੇ ਇੱਕ ਲੱਥਾ ਸੀ। ਉਹ ਬੱਚੀ ਨਹੀਂ ਡਰਦੀ ਗਾਂ ਗਈ, ਠੀਕ ਹੈ, ਇਹਨੇ ਮਾਚਸ ਬਾਹਰੋਂ ਬਾਹਰ ਹੀ ਉਹਦੇ ਕੋਲ ਖੋਤੀ ਏ, ਤੇ ਫਿਰ ਉਹਦੀ ਜੇਬ 'ਚ ਕਿਤੇ ਲੈਟਰ ਵੀ ਸੀ, ਤੇ ਉਹਨੇ ਆਖਿਆ ਚੱਲ ਮੈਂ ਮਾਚਸ 'ਤੇ ਖੋ ਹੀ ਲਈਏ, ਅਤੇ ਉਹ ਲੈਟਰ ਨਾਲ ਉਹਨੇ ਅੱਜ ਅੱਗ ਲਾ ਦਿੱਤੀ ਏ। ਅਤੇ ਉਸ ਤੋਂ ਬਾਅਦ ਉਹ ਅੱਗ ਜਦੋਂ ਲੱਗੀ ਹੈ ਨਾ, ਅਤੇ ਉਹ ਜਿਹੜੀ ਨਿੱਕੀ ਬੱਚੀ ਸੀ ਨਾ, ਉਹ ਬਾਹਰ ਸੀ ਇੱਥੇ ਕਿਤੇ ਖਲੋਤੀ, ਉਹ ਵੀ ਉੱਧਰੋਂ ਆਈ ਅੰਦਰੋਂ, ਅਤੇ ਉਹ ਆਣ ਕੇ ਨਾ, ਅਤੇ ਉਹ ਆਪਣਾ ਬੂਹੇ ਅੱਗੇ ਨੇ ਅੱਜ ਲੱਤ ਕੀਤੀ ਸੀ, ਉਹ ਲੱਤ ਦੇ ਥੱਲਿਓਂ ਦੀ ਵੜ ਕੇ, ਅਤੇ ਉਹਦੀ ਅੰਮੀ ਨੂੰ ਅੱਗ ਲੱਗੀ ਸੀ, ਅਤੇ ਉਹ ਲੱਤ ਦੇ ਥੱਲਿਓਂ ਦੀ ਲੰਘ ਕੇ, ਅਤੇ ਉਹਨੇ ਆਪਣੀ ਮਾਂ ਨੂੰ ਜੱਫਾ ਮਾਰ ਲਿਆ, ਉਹਨੇ ਆਪਣੀ ਮਾਂ ਨੂੰ ਜੱਫਾ ਮਾਰ ਲਿਆ, ਅਤੇ ਉਹਨੂੰ ਵੀ ਇੱਕ ਵਾਰੀ ਨਾਲ ਅੱਗ ਲੱਗ ਗਈ ਸੀ। ਉਹ ਫਿਰ ਆਪਣਾ ਨਹੀਂ, ਉਹਨੇ ਆਪਣੀ ਜਦੋਂ ਬੇਟੀ ਨੂੰ ਵੇਖ ਲਿਆ ਜ਼ਾਹਦ ਨੇ ਕਿ ਉਹ ਆਪਣੀ ਮਾਂ ਨੂੰ ਬਚਾਉਣ ਗਈ, ਉਹਨੂੰ ਅੱਗ ਲੱਗ ਗਈ, ਤੇ ਉਹਨੂੰ ਉਹ ਤੇ ਬਚਾ ਸਕਦਾ ਸੀ ਫੌਰੀ ਟੂ ਦੌਰ ਤੇ, ਉੱਥੋਂ ਅੱਗ ਤੋਂ ਉਹ ਬਚਾ ਸਕਦਾ ਸੀ, ਉੱਥੇ ਹੀ ਮੌਜੂਦ ਸੀ ਉਹ। ਹਾਂਜੀ, ਉੱਥੇ ਉਹਨੂੰ ਪਤਾ ਨਹੀਂ ਲੱਗਾ ਵੀ ਛੋਟੀ ਬੇਟੀ ਜਿਹੜੀ ਗਾਂ ਲੰਘ ਗਈ ਹੈ, ਉਹਨੂੰ ਪਤਾ ਨਹੀਂ ਲੱਗਾ ਵੀ ਛੋਟੀ ਜਿਹੜੀ ਬੇਟੀ ਹੈ ਨਾ ਗਾਂ ਲੰਘ ਗਈ ਹੈ। ਇਹ ਰਿਹਾ ਉਹ ਵੱਡੀਆਂ ਦੇ ਚੱਕਰ 'ਚ ਵੀ ਉਹ ਵੱਡੀਆਂ ਆਣ ਕੇ ਅਤੇ ਹੁਣ ਮੈਨੂੰ ਉਹਨਾਂ ਖਿੱਚਣਾ ਖਿੱਚਣਾ, ਅਤੇ ਇਸ ਚੱਕਰ 'ਚ ਹਿਸਾਬ ਲਾਉਂਦਾ ਰਿਹਾ, ਅਤੇ ਉਹ ਥੱਲਿਓ ਲੱਤਾਂ ਦੇ ਥੱਲਿਓਂ ਦੀ ਗਾਂ ਲੰਘ ਗਈ। ਅਤੇ ਉਹ ਤਾਂ ਫਿਰ ਜਦੋਂ ਆਪਣਾ ਮੁਹੱਲੇ ਵਾਲੇ ਆਏ ਨੇ ਵੀ ਉਹ ਦੂਸਰੀ ਬੱਚੀ ਨੂੰ ਜਦੋਂ ਪਤਾ ਲੱਗਿਆ, ਦੂਜੀ ਨੇ ਸ਼ੋਰ ਕੀਤਾ ਅਤੇ ਅੰਦਰੋਂ ਫਿਰ ਤੀਸਰੀ ਬੱਚੀ ਨਿਕਲੀ ਹੈ, ਉਹਨੇ ਫਿਰ ਜਾ ਕੇ ਡਾਇਰੈਕਟ ਹੀ ਹੈ ਨਾਲ ਦੁਕਾਨ ਹੈ, ਇੱਥੇ ਜਾ ਕੇ ਆਪਣਾ ਸਾਡੇ ਘਰ ਅੱਗ ਲੱਗ ਗਈ ਹੈ, ਅਤੇ ਮੇਰੇ ਪਾਪਾ ਨੇ ਅੱਗ ਲਾ ਦਿੱਤੀ ਹੈ, ਅਤੇ ਆਇਓ ਜੇ ਬੁਝਾਇਓ ਜਾਂ ਆਇਓ ਜੇ ਆਇਓ, ਅਤੇ ਇਹ ਨੱਸ ਗਿਆ ਸੀ ਉਚਰਾ ਨਿਕਲ ਕੇ ਉੱਧਰ ਅੱਗੇ ਨੂੰ, ਅਤੇ ਇਹਨਾਂ ਨੂੰ ਜਾਂਦਿਆਂ ਆ ਗਿਆ ਵੀ ਆਪਣਾ ਜਾ ਕੇ ਅੱਗ ਬੁਝਾ ਲਓ, ਅੱਗ ਲੱਗ ਗਈ ਜੇ। ਇਹ ਫਿਰ ਸਾਰੇ ਨੱਸੇ ਨੇ, ਅਸੀਂ ਵੀ ਪਿੱਛੋਂ ਹਵੇਲੀ 'ਚ ਪਾਣੀ ਡਾਣ ਡੇ ਹਾਂ ਡੰਗਰਾਂ ਨੂੰ, ਅਸੀਂ ਵੀ ਨੱਸ ਨੁੱਸ ਕੇ ਆਇਆ, ਉਚਰਾ ਨੂੰ ਬੁੱਢੀਆਂ ਸਾਰੀਆਂ ਮੁਹੱਲੇ ਦੀਆਂ ਇਕੱਠੀਆਂ ਹੋ ਕੇ, ਕਿਸੇ ਪਾਣੀ ਪਾਇਆ, ਕਿਸੇ ਨੇ ਕੱਪੜੇ ਛੱਪੜੇ, ਉਹ ਸੱਜਾ ਖੱਬਾ ਕੀਤਾ ਕਰਾਇਆ, ਉਹ ਬੋਸ਼ ਪਈ ਸੀ ਆਉਂਦਿਆਂ ਨੂੰ, ਅਤੇ ਉਚਰਾ ਨੂੰ ਫਿਰ ਪੁਲਿਸ ਨੂੰ ਕਾਲ ਕਰ ਦਿੱਤੀ ਹੈ, ਇਹਨਾਂ ਨੂੰ ਮੈਂ ਪਹਿਲੀ ਕਾਲ ਕੀਤੀ ਹੈ, ਅਤੇ ਐਸ ਐਚ ਓ ਸਾਹਿਬ ਆਪ ਨਾਲ ਆਏ ਨੇ, ਸਾਰਾ ਹਮਲਾ ਆਇਆ, ਇਹਨਾਂ ਫਿਰ ਬੜਾ ਅੱਛਾ ਸਾਡੇ ਨਾਲ ਤਾਵਨ ਕੀਤਾ, ਆਪਣੀ ਜ਼ੇਰੇ ਨਿਗਰਾਨੀ 'ਚ ਗੱਡੀ ਵੀ ਮੰਗਵਾਈ ਹੈ, ਫੌਰਨ ਲੈ ਕੇ ਅਸੀਂ ਉਹ ਲਾਹੌਰ ਹੋਸਪਿਟਲ ਭੱਜ ਗਏ ਹਾਂ। ਠੀਕ ਹੈ, ਮੈਂ ਆਪਣਾ ਨਾਲ ਗਿਆ ਵਾਂ, ਅਤੇ ਉਹ ਫਿਰ ਹੋਸਪਿਟਲ ਤੱਕ ਜਦੋਂ ਅੰਦਰ ਦਾਖਲ ਹੋਇਆ ਨਾ, ਉਦੋਂ ਫਿਰ ਉਹਦੇ ਜਣ ਸਾਹ ਖਤਮ ਹੋ ਗਿਆ, ਸਾਹ ਖਤਮ ਹੋ ਗਿਆ। ਅਤੇ ਦੂਸਰੀ ਇੱਕ ਪਾਸੇ ਇਹਨੂੰ ਨਾਲ ਖੜਿਆ ਸੀ, ਇਹ ਛੋਟੀ ਬੱਚੀ ਨੂੰ ਲੈ ਕੇ ਉਹ ਬੱਚਿਆਂ ਵਾਲੀ ਸਾਈਡ 'ਤੇ ਨੱਸ ਗਿਆ ਸੀ, ਮੈਂ ਉਸ ਸਾਈਡ 'ਤੇ ਜਿਹੜਾ ਨਾ ਜਿੱਧਰ ਵੱਡਿਆਂ ਦਾ ਮਸਲਾ ਬਣਦਾ ਸੀ, ਮੈਂ ਉਸ ਬੱਚੀ ਦੀ ਹਾਲਤ ਕੈਸੀ? ਬੱਚੀ ਕੁੰਦੀ ਬੋਲਦੀ ਹੈ, ਗੱਲਾਂ ਬਾਤਾਂ ਕਰਦੀ ਹੈ, ਹੁਣ ਕੁਝ ਠੀਕ ਹੈ, ਉਹਨੂੰ ਆਪਣਾ ਉਹਦੀ ਹੁਣ ਡਈ ਹੈ, ਕੇਅਰ ਵਾਹਵਾ ਠੀਕ ਕਰਦੇ ਨੇ ਪਏ ਇਨਸ਼ਾਅੱਲਾ, ਤੇ ਅੱਗੋ ਜੋ ਅੱਲਾ ਨੂੰ ਜੀ ਮਨਜ਼ੂਰ। ਤੇ ਉਹਦੀ ਦੇਖਭਾਲ ਲਈ ਕੌਣ ਉੱਥੇ? ਉੱਥੇ ਆਪਣਾ ਇੱਕ ਮਸ਼ੀਰਾ ਹੈ ਉਸ ਬੇਟੀ ਦੀ, ਅਤੇ ਇੱਕ ਫੁੱਫੋ ਹੈ, ਅਤੇ ਹੋਰ ਵੀ ਆਪਣੇ ਰਿਸ਼ਤੇਦਾਰ ਨੇ ਜਿਹੜੇ ਉਹ ਜਾਂਦੇ ਜੂੰਦੇ ਹੁੰਦੇ ਨੇ ਪਏ। ਸਹੀ ਕੀ ਕਹੋਗੇ, ਇੱਕ ਪੂਰਾ ਘਰ ਜਿਹਦੇ ਵਿੱਚ ਬੱਚੇ ਫੈਮਿਲੀ, ਇੱਕ ਸ਼ਖਸ ਨੇ ਆਪਣਾ ਹੀ ਘਰ ਮਤਲਬ ਉਹਨਾਂ ਦੀ ਮਾਂ ਹੀ ਖੋਹ ਲਈ ਉਹਦੇ ਕੋਲੋਂ, ਇਹਦੇ ਪਿੱਛੇ ਕੀ ਲੱਗਦਾ ਤੁਹਾਨੂੰ? ਨਸ਼ਾ? ਹਾਂਜੀ, ਇਹਦੇ ਬਸ ਨਸ਼ਾ ਹੀ ਬਹੁਤ ਜ਼ਿਆਦਾ ਕੀਤਾ ਸੀ, ਇਹਨੂੰ ਕੋਈ ਸੁੱਧ ਬੋਧੀ ਨਹੀਂ ਆਈ, ਨਸ਼ੇ ਦੇ ਵਿੱਚ ਹੀ ਇਹਨੇ ਕੰਮ ਕੀਤਾ, ਨਹੀਂ ਤਾਂ ਵੇਖੋ ਪੰਜ ਬੇਟੀਆਂ। ਹਾਂਜੀ, ਪਹਿਲੀ ਵਾਰੀ ਕੀਤਾ ਸੀ ਨਸ਼ਾ? ਨਹੀਂ, ਇਹ ਤਾਂ ਆਦੀ ਹੋ ਗਿਆ ਸੀ ਨਸ਼ੇ ਦਾ, ਇੱਥੇ ਤਾਂ ਉਂਝ ਨਹੀਂ ਸੀ, ਇੱਥੇ ਤਾਂ ਆਉਂਦਾ ਸੀ ਤਿੰਨੀ ਚੌਂ ਦਿਨੀ, ਕਦੀ 10 ਦਿਨ ਰਹਿ ਜਾਂਦਾ ਸੀ ਘਰ, ਅਤੇ ਨਹੀਂ ਤਾਂ ਟਰੱਕ 'ਤੇ ਬਹੁਤਾ ਉੱਥੇ ਗੁਜਰਾਂ ਵਾਲੇ ਪਾਸੇ ਰਹਿੰਦਾ ਸੀ, ਉੱਧਰ ਹੀ ਗੱਡੀ ਚਲਾਉਂਦਾ ਸੀ, ਅਤੇ ਬਸ ਆਉਣਾ ਹੈ ਤਾਂ ਘਰ ਹੀ ਬਹਿ ਰਹਿੰਦਾ, ਕੁੱਲੀ ਦੇ ਵਿੱਚ ਵੜ ਕੇ ਬਹਿ ਰਹਿੰਦਾ ਸੀ, ਨਾ ਤਾਂ ਕੋਈ ਗੱਲ ਨਾ ਕੋਈ ਬਾਤ, ਕਦੇ ਲੜਾਈ ਝਗੜਾ ਯੇ ਵੋ ਕਰਦਾ ਕਰਾਉਂਦਾ ਰਹਿੰਦਾ। ਕੀ ਹੋਣਾ ਚਾਹੀਦਾ ਹੁਣ? ਹੋਣਾ ਤਾਂ ਇਹ ਚਾਹੀਦਾ ਜੀ, ਆਪਣਾ
ਵੇਖੋ ਹੁਣ ਅਸੀਂ ਤਾਂ ਕੁਝ ਕਹਿ ਨਹੀਂ ਸਕਦੇ, ਹੁਣ ਜਿਹੜਾ ਉਹਨੇ ਜੁਰਮ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਾਨੂੰ ਬੜਾ ਦੁੱਖ ਤਕਲੀਫ ਹੈ ਤੇ ਘਰ ਦੀ ਬਰਬਾਦੀ, ਬੱਚੀਆਂ ਨੇ ਤੇ ਘਰ ਦੀ ਬਰਬਾਦੀ ਹੋ ਗਈ ਹੈ। ਤੇ ਅੱਗੇ ਤਾਂ ਚਲੋ ਮਾਂ ਵੀ ਨਾਲ ਕਦੇ ਆਪਣਾ ਤੁਰ ਜਾਂਦੀ ਸੀ ਸੱਜੇ ਖੱਬੇ ਆਪਣੀਆਂ ਦੂਜਿਆਂ ਘਰਾਂ ਦੇ ਵਿੱਚ, ਵੀ ਇਹ ਮਸਲਾ ਵੇ ਜਾਂ ਘਰ ਆ ਤੰਗੀ ਹੈ ਤੇ ਉਹ ਹੱਲ ਕਰ ਲੈਂਦੀ। ਹੁਣ ਇਹ ਬੱਚੀਆਂ ਨੇ ਛੋਟੀਆਂ, ਇਹ ਚੁਆਰੀਆਂ ਕੀ ਕਰ ਸਕਦੀਆਂ ਨੇ? ਇਹ ਵੀ ਇਹ ਮੁੰਡਾ ਅਤੇ ਇਹ ਵੀ ਆਪਣਾ ਬੱਚਾ ਵੇ, ਇਹ ਵੀ ਚੰਗਾ ਪੜ੍ਹਿਆ ਵੇ, ਵੀ ਜਿਹੜਾ ਕੋਈ ਨੌਕਰੀ ਕਰਦਾ ਇਹਨੇ ਵੀ ਉੱਥੇ ਮਾੜੀ ਜਿਹੀ ਦੁਕਾਨ ਰੱਖੀ ਹੈ ਅਤੇ ਵੀ ਚਲੋ ਕੋਈ ਮਾੜਾ ਮੋਟਾ ਮਜ਼ਦੂਰੀ ਕਰਦਾ ਪਿਆ।